ਸਤਿ ਸ੍ਰੀ ਅਕਾਲ ਜੀ, ਚੜ੍ਹਦੀ ਕਲਾ ਟਾਈਮ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਨਾਰਥ ਅਮਰੀਕਾ ਨਿਊਜ਼ ਵਿੱਚ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਮਨਦੀਪ ਕੌਰ ਖਾਲਸਾ ਅਤੇ ਖਬਰਾਂ ਦੀ ਸ਼ੁਰੂਆਤ ਕਰ ਲੈਂਦੇ ਹਾਂ। ਸਿੱਖ ਯੂਥ ਆਫ ਐਡਮਿੰਟਨ ਵੱਲੋਂ ਜਗਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਸਤਾਰ ਅਤੇ ਦੁਮਾਲਾ ਮੁਕਾਬਲੇ 24 ਅਗਸਤ ਦਿਨ ਸ਼ਨੀਵਾਰ ਨੂੰ ਸਿਲਵਰ ਵੈਲੀ ਪਾਰਕ ਐਡਮਿੰਟਨ ਵਿਖੇ ਕਰਵਾਏ ਗਏ। ਇਸ ਮੌਕੇ ਐਡਮਿੰਟਨ ਦੀਆਂ ਸੰਗਤਾਂ ਨੇ ਭਾਰੀ ਉਤਸ਼ਾਹ ਦੇ ਨਾਲ ਸ਼ਮੂਲੀਅਤ ਕੀਤੀ। ਨੌਜਵਾਨ ਅਤੇ ਬੱਚਿਆਂ ਨੇ ਦਸਤਾਰ ਮੁਕਾਬਲਿਆਂ ਵਿੱਚ ਭਾਗ ਲਿਆ। ਕਵੀਸ਼ਰੀ ਜਥਿਆਂ ਨੇ ਇਸ ਮੌਕੇ ਸਿੱਖੀ ਪ੍ਰੇਮ ਦੀਆਂ ਕਵੀਸ਼ਰੀਆਂ ਦੇ ਗਾਇਨ ਦੇ ਨਾਲ ਇੱਕ ਵੱਖਰਾ ਹੀ ਵਾਤਾਵਰਨ ਸਿਰਜ ਦਿੱਤਾ। ਸੀਤਾ ਦੀਆਂ ਰਾਮ ਬਾਪ ਨੂੰ ਪੁੱਤਰ ਦੇਣ ਗਵਾਈਆਂ, ਭਰੀ ਤ੍ਰਿਪਤਾ ਨੂੰ ਸਾਡੀਆਂ ਲੱਖ ਲੱਖ ਹੋਰ ਵਧਾਈਆਂ। ਸ੍ਰਿਸ਼ਟੀ ਤੇ ਨੇਕ ਸਗਾਉਂਦਾ ਮਾਂ ਦਾ ਪੁੱਤਰ ਸਰਵਣ, ਸੇਵਾ ਵੀ ਯਾਦ ਆਉਂਦਾ ਮਾਂ ਦਾ ਪੁੱਤਰ ਸਰਵਣ। ਮਾਂ ਦੁਰਗਾ ਦੀਆਂ ਖੁਸ਼ੀਆਂ ਲਈਆਂ ਕੀਤੀਆਂ ਨੇ ਖੁਸ਼ੀਆਂ ਦੇ ਬੰਦ ਪਰ ਪਰ ਵੰਡਲਾ ਉਠਵੇੜੇ ਦੇ ਚੱਕਾ, ਦੇਵੀ ਰਾਜਾ ਰਜ ਕੇ ਖਾਈਏ ਲੱਡੂ ਤੇ ਮਠਿਆਈਆਂ। ਭਰੀ ਤ੍ਰਿਪਤਾ ਨੂੰ ਸਾਡੀਆਂ ਲੱਖ ਲੱਖ ਹੋਣ ਵਧਾਈਆਂ। ਨਾਨਕ ਵਰਗਾ ਸੁੰਦਰ ਨਾਨਕ, ਨਾਨਕ ਵਰਗਾ ਸੁੰਦਰ ਨਾਨਕ, ਭੈਣ ਭਰਾ ਦੀ ਜੋੜੀ ਰੇਸ ਨਹੀਂ ਕਰ ਸਕਦੇ ਭੈਣੋ ਹੀਰੇ ਲੱਖ ਕਰੋੜੀ। ਕਾਕਾ ਕੀ ਦੱਸਣਾ ਕੋਈ ਆਖਣ ਚਾਚੀ ਲੱਖ ਲੱਖ ਹੋਣ ਵਧਾਈਆਂ। ਸਾਰੀ ਖੁਸ਼ੀਆਂ ਪਈ ਮਨਾਵੇ, ਦੂਰੋਂ ਦੂਰ ਹੋਇਆ ਜਗ ਸਾਰਾ ਖੁਸ਼ੀ ਚ ਪੈਂਟਾ ਗਾਵੇ। ਉਹ ਜਿੰਨੀ ਹੋਏ ਇਹਨਾਂ ਤੇ ਸਖਤੀ ਕਰਦੇ ਉਨੀ ਇਹ ਭਗਤੀ, ਕੁਰਬਾਨੀ ਬਾ ਇਸਾਰ ਕੇ ਰੋਸ਼ਨ ਅਹਿਰਾਮ, ਯਕਦਾਮ ਸਜ਼ਾਇਤ ਕੇ ਦਿਲ ਅਫਜ਼ਾ ਪੈਗਾਮ। ਚਿੜੀਓ ਕੋ ਵੀ ਸ਼ਹਿਬਾਜ਼ ਬਨਾਨੇ ਵਾਲੇ ਐ ਦਸ਼ਮੇਸ਼ ਪਿਤਾ ਸਾਹਿਬ, ਆਪਕੋ ਲਾਖੋਂ ਪ੍ਰਣਾਮ। ਕਰਜੇ ਸੇ ਹਿੰਦ ਤੇਰੇ ਸੁਭਗ ਦੋਸ਼ ਨਾ ਹੋਗਾ, ਤੇਰਾ ਇਹ ਅਹਿਸਾਨ ਹਮਸੇ ਫਰਾਮੋਸ਼ ਨਾ ਹੋਗਾ। ਹਜ਼ਾਰੋਂ ਸਾਲ ਨਰਗਿਸ ਆਪਣੀ ਬੇਨੂਰੀ ਪੇ ਰੋਤੀ ਹੈ, ਬੜੀ ਮੁਸ਼ਕਲ ਸੇ ਹੋਤਾ ਹੈ ਚਮਨ ਮੇ ਦੀਦਾਰ ਰੁਪਏ ਦਾ। ਮੇਰੇ ਬਾਜਾਂ ਵਾਲੇ, ਤਾਜਾਂ ਵਾਲੇ, ਤਖਤਾਂ ਵਾਲੇ,
ਸ਼ਹੀਦ ਬਾਪੂ ਦਾ ਪੁੱਤ ਤੇ ਸ਼ਹੀਦ ਪੁੱਤਰਾਂ ਦਾ ਬਾਪੂ ਉਹ ਮਹਾਨ ਜਰਨੈਲ ਯੋਧੇ ਕਹਿਣੀ ਤੇ ਕਰਨੀ ਦੇ ਪੂਰੇ ਜਿਹੜੇ ਮਹਾਰਾਜ ਨੇ ਕਿਹਾ ਕਿ ਮੇਰੇ ਖਾਲਸੇ ਦਾ ਪ੍ਰਗਟ ਦਿਹਾੜਾ ਰਹਿੰਦੀ ਦੁਨੀਆ ਤੱਕ ਲੋਕ ਮਨਾਉਣਗੇ ਪਰ ਮੇਰੇ ਖਾਲਸੇ ਦਾ ਕਦੇ ਮਰਨ ਦਿਹਾੜਾ ਨਹੀਂ ਆਏਗਾ। ਕਲਗੀ ਧਰਨੇ ਪੰਥ ਸਜਾਇਆ ਓਏ ਬੁੱਢਾ ਸਿੱਖੀ ਵਾਲਾ ਲਾਇਆ ਇਹਨੂੰ ਖੂਨ ਪੁੱਤਾਂ ਦਾ ਪਾਇਆ ਅਣਖ ਚਾੜੀ ਤਲਵਾਰਾਂ ਦੀ ਚੜ੍ਹਦੀ ਕਲਾ ਚ ਰਹੀ ਆ ਤੇ ਚੜ੍ਹਦੀ ਕਲਾ ਚ ਰਹਿੰਦੀ ਆ ਕੌਮ ਸਿੰਘਾਂ ਸਰਦਾਰਾਂ ਦੀ। ਕਿਉਂਕਿ ਸੰਗਤ ਜੀ ਇਹ ਮੇਰੇ ਕਲਗੀ ਧਰ ਦਾ ਪੰਥ ਇਹ ਮੇਰੇ ਕਲਗੀ ਧਰ ਦੇ ਖਾਲਸੇ ਜਿਹੜੇ ਨਾ ਕਦੇ ਕਿਸੇ ਅੱਗੇ ਝੁਕੇ ਆ ਤੇ ਨਾ ਝੁਕਣਗੇ ਨਾ ਇਹ ਮੁੱਕੇ ਆ ਤੇ ਨਾ ਮੁੱਕਣਗੇ। ਅੱਜ ਵੀ ਲਲਕਾਰ ਕੇ ਮੰਗਾਰ ਕੇ ਇੱਕੋ ਗੱਲ ਕਹਿੰਦੇ ਆ ਕਿ ਕੱਟ ਬੰਦ ਬੰਦ ਦੇ ਤੂੰ ਨੇਜਿਆਂ ਤੇ ਟੰਗ ਦੇ ਭੱਠੀਆਂ ਚ ਝੋਂਕ ਦੇ ਤੂੰ ਆਰਿਆਂ ਨੂੰ ਸੌਂਪ ਦੇ। ਸਾਡੀ ਜਵਾਨੀ ਬਲ ਕੇ ਸਾਡੀ ਜਵਾਨੀ ਕੜ ਕੇ ਗਾਵੇਗੀ ਇੱਕੋ ਰਾਗਣੀ ਕਿ ਧਰਮ ਪਿੱਛੇ ਮਰਨ ਵਿੱਚ ਦਸ਼ਮੇਸ਼ ਦੇ ਦੁਲਾਰਿਆਂ ਦੀ ਜਿੰਦ ਲਈ ਸਕੂਨ ਹੈ ਜਾਨ ਲਈ ਸਕੂਨ ਹੈ ਕੋਈ ਜ਼ੁਲਮ ਕੋਈ ਸਿਤਮ ਸਾਨੂੰ ਚੁਕਾ ਸਾਨੂੰ ਮੁਕਾ ਕਿਉਂਕਿ ਸਾਡੀਆਂ ਰਗਾਂ ਚ ਗੁਰੂ ਗੋਬਿੰਦ ਸਿੰਘ ਦਾ ਖੂਨ ਹੈ ਤੇ ਆਓ ਗੁਰੂ ਗੋਬਿੰਦ ਸਿੰਘ ਦੇ ਪੁੱਤ ਤੇ ਗੁਰੂ ਗੋਬਿੰਦ ਸਿੰਘ ਦੀਆਂ ਧੀਆਂ ਬਹੁਤ ਵੱਡੇ ਭਾਗਾਂ ਵਾਲੇ ਹੋ ਤੇ ਵੱਡਾ ਮਾਣ ਹੈ ਐਡਮਿੰਟਨ ਵਾਲਿਆਂ ਨੂੰ। ਸਿੱਖ ਯੂਥ ਆਪ ਐਡਮਿੰਟਨ ਵੱਲੋਂ ਹਰ ਸਾਲ ਦੀ ਤਰ੍ਹਾਂ ਇਹ ਬਹੁਤ ਵੱਡਾ ਵਰਲਡ ਦਾ ਪੋਟਿਆਂ ਦੇ ਉੱਤੇ ਗਿਣਿਆ ਜਾਣ ਵਾਲਾ ਦਸਤਾਰ ਮੁਕਾਬਲਾ ਪੋਟਿਆਂ ਦੇ ਉੱਤੇ ਗਿਣਿਆ ਜਾਣ ਵਾਲਾ ਦੁਮਾਲਾ ਮੁਕਾਬਲਾ ਵੱਡੇ ਪੱਧਰ ਦੇ ਉੱਤੇ ਤੁਸੀਂ ਹਾਜ਼ਰੀਆਂ ਭਰ ਰਹੇ ਹੋ ਤੇ ਇਹਨਾਂ ਵੀਰਾਂ ਦਾ ਹੈ ਵੱਡਾ ਉਪਰਾਲਾ ਜਿੱਥੇ ਉਹਨਾਂ ਮਰਦ ਯੋਧਿਆਂ ਨੂੰ ਬੱਬਰ ਸ਼ੇਰਾਂ ਨੂੰ ਯਾਦ ਕੀਤਾ ਜਾਂਦਾ ਜਿਨ੍ਹਾਂ ਸਿੱਖ ਸੰਘਰਸ਼ ਦੇ ਅੰਦਰ 20ਵੀਂ ਸਦੀ ਦੇ ਅੰਦਰ ਆਪਣੀਆਂ ਜਾਨ ਦੀਆਂ ਬਾਜ਼ੀਆਂ ਲਗਾ ਦਿੱਤੀਆਂ। ਤੇ ਸੰਗਤ ਜੀ ਉੱਥੇ ਹੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਉਹਨਾਂ ਦਾ 550 ਸਾਲਾ ਪ੍ਰਗਟ ਦਿਹਾੜਾ ਮਨਾ ਰਹੇ ਹਾਂ। 550 ਸਾਲ ਗੁਰੂ ਨਾਨਕ ਦੇਵ ਜੀ ਦੇ ਨਾਲ ਤੇ ਸੰਗਤ ਜੀ ਆਓ ਜਿਤਨੇ ਵੀ ਸਰੀਰ ਜੁੜੇ ਹੋ ਫਤਿਹ ਬੁਲਾਇਓ ਬੁਲੰਦ ਆਵਾਜ਼ ਦੇ ਵਿੱਚ ਕਿਉਂਕਿ ਮੇਰਾ ਬਾਪੂ ਕਹਿੰਦਾ ਆਗੇ ਆਵਤ ਵਾਹਿਗੁਰੂ ਜੀ ਕੀ ਗੱਜ ਤੇ ਬੱਬਰ ਸ਼ੇਰਾ ਤੇ ਮੇਰੇ ਕਲਗੀ ਧਰ ਨੇ ਬੱਬਰ ਸ਼ੇਰ ਬਣਾਇਆ ਓਏ ਬੱਬਰ ਸ਼ੇਰਾਂ ਦੇ ਹਿੱਸੇ ਗੱਜਣਾ ਆਇਆ ਉਹਨਾਂ ਖੰਡੇ ਦੀ ਧਾਰੋਂ ਜਨਮ ਦੇ ਕੇ ਮੌਤੋਂ ਪਰੇ ਸਾਡਾ ਅਮਰ ਛਕਾ ਕੇ ਅਮਰ ਕੀਤਾ ਸਾਨੂੰ ਹਨੇਰੇ ਚੋਂ ਕੱਢਿਆ ਸਵੇਰਾ ਬੜਾਇਆ ਹਮੇਸ਼ਾ ਲਈ ਬਾਣੀ ਦਾ ਪੱਲਾ ਤੇ ਬੱਜਰ ਕਰੇਤਾ ਤੋਂ ਬਚਣਾ ਸਿਖਾਇਆ ਸਿਰ ਨੂੰ ਰੱਖ ਕੇ ਤਲੀ ਦੇ ਉੱਤੇ ਮੋਤੀ ਗਾਬੀਆਂ ਧਾਰਾਂ ਤੇ ਨੱਚਣਾ ਸਿਖਾਇਆ ਜੇ ਕਿਤੇ ਸ਼ਾਂਤੀ ਬਖਾਉਣੀ ਵੀ ਪੈ ਜੇ ਸਾਨੂੰ ਬੰਦ ਬੰਦ ਆਪਣਾ ਟੋਣਾ ਵੀ ਆਉਂਦਾ ਹੈ ਜੇ ਕਿਤੇ ਲੋੜ ਪੈ ਜੇ ਵੀਰਤਾ ਦੀ ਬਿਨਾ ਸਿਰ ਤੋਂ ਲੜਕੇ ਖਾਉਣਾ ਵੀ ਆਉਂਦਾ ਹੈ ਇਹ ਕਰ ਦਿੰਦੇ ਖੁੰਡੀਆਂ ਰੰਬੀ ਦੀਆਂ ਧਾਰਾਂ ਧੜਕਦੇ ਨਹੀਂ ਕਦੇ ਖੋਪਰ ਲਹਾਉਂਦੇ ਓਏ ਲੈ ਜੇ ਕੋਈ ਖੋ ਕੇ ਗੈਰਾਂ ਦੇ ਡੋਲੇ ਰੋਟੀ ਦੀ ਬੁਰਕੀ ਵੀ ਮੂੰਹ ਵਿੱਚ ਨਹੀਂ ਪਾਉਂਦੇ ਚਾੜੇ ਆਵੇ ਹਿੰਦ ਤੇ ਕੋਈ ਨਾਦਰ ਦਾ ਚਾਚਾ ਕਦੇ ਸਾਡੇ ਉੱਤੇ ਨਾਦਰ ਚੜ ਕੇ ਆਇਆ ਕਦੇ ਸਾਡੇ ਉੱਤੇ ਅਬਦਾਲੀ ਚੜ ਕੇ ਆਇਆ ਪਰ ਯਾਦ ਰੱਖਿਓ ਜੇ ਨਾਦਰ ਨੂੰ ਭਜਾਇਆ ਤਾਂ ਕਲਗੀ ਧਰ ਦੇ ਲਾਲਾ ਨੇ ਖਾਲਸੇ ਨੇ ਭਜਾਇਆ ਜੇ ਅਬਦਾਲੀ ਨੂੰ ਭਜਾਇਆ ਬੰਗਾਰ ਕੇ ਕਿਹਾ ਸੀ ਕਿੱਥੇ ਚੱਲਿਆ ਕਾਬਲ ਦਿਆ ਕੁੱਤਿਆ ਤੈਨੂੰ ਗੁਰੂ ਗੋਬਿੰਦ ਸਿੰਘ ਦਾ ਲਾਲ ਬੰਗਾਰਦਾ ਜੇ ਅਬਦਾਲੀ ਨੂੰ ਭਜਾਇਆ ਤੇ ਮਹਾਰਾਜ ਦੇ ਸਿੰਘਾਂ ਨੇ ਭਜਾਇਆ ਜੇ ਬੀਬੀ ਇੰਦਰਾ ਗਾਂਧੀ ਦਾ ਦਿੱਲੀ ਦੇ ਅੰਦਰ ਭੋਗ ਪਾਇਆ ਤੇ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਨੇ ਪਾਇਆ ਚੜ੍ਹੇ ਆਵੇ ਹਿੰਦ ਤੇ ਕੋਈ ਨਾਦਰ ਦਾ ਚਾਚਾ ਇਹ ਗੈਰਾਂ ਦੀਆਂ ਲੁੱਟਾਂ ਨੂੰ ਰੋਕਣ ਲਈ ਬਣਿਆ ਮੇਲੀ ਅੱਖੇ ਜੇ ਕੋਈ ਪੰਥ ਵੱਲ ਵੇਖੇ ਆਕ ਸੁਣ ਉਹਨਾਂ ਦੀਆਂ ਦਾੜਾਂ ਤੇ ਠੋਕਣ ਲਈ ਬਣਿਆ ਇਹ ਪੰਥ ਜਿਉਂਦਾ ਰਿਹਾ ਹੈ ਇਹ ਜਿਉਂਦਾ ਰਹੇਗਾ ਇਹ ਕੜਕਦਾ ਰਿਹਾ ਹੈ ਕੜਕਦਾ ਰਹੇਗਾ ਇਹ ਕਲੀਆਂ ਤੋਂ ਕੋਮਲ ਪੱਥਰਾਂ ਤੋਂ ਕਰੜਾ ਗੜਕਦਾ ਭੜਕਦਾ ਖੜਕਦਾ ਰਹੇਗਾ ਇਹ ਦੁੱਖਾਂ ਸੁੱਖਾਂ ਜੰਗਲਾਂ ਚ ਮੰਗਲਾਂ ਚ ਰੋੜਾਂ ਚ ਰੱਖਣਾ ਚ ਬੰਜਰਾਂ ਚ ਖੜਾਂ ਚ ਗੜਿਆਂ ਚ ਮੀਆਂ ਸਰਹੰਦੀਆਂ ਨੀਚ ਮੁਸ਼ਕਲ ਦੀ ਘੜੀ ਵਿੱਚ ਚਮਕੌਰ ਦੀ ਘੜੀ ਵਿੱਚ ਸਦਾ ਚੜ੍ਹਦੀ ਕਲਾ ਚ ਰਿਹਾ ਤੇ ਚੜ੍ਹਦੀ ਕਲਾ ਚ ਰਹਿਣਾ ਤੇ ਵੀਰੋ ਇੱਕ ਵਾਰੀ ਗੁੰਜਾਂ ਪਾ ਦਿਓ ਪਤਾ ਲੱਗ ਜਾਵੇ ਸਿਲਵਰ ਬੈਰੀ ਪਾਰਕ ਦੇ ਅੰਦਰ ਐਡਮਿੰਟਨ ਦੀਆਂ ਸੰਗਤਾਂ ਵੱਲੋਂ ਦਸਤਾਰ ਮੁਕਾਬਲਾ ਕਰਵਾਇਆ ਜਾ ਰਿਹਾ ਗੁੰਜਾਂ ਪਾਉਣੀਆਂ
ਕਿਉਂਕਿ ਜਿਹਦੀ ਰੱਗ ਵਿੱਚ ਫਤਿਹ ਸਾਰੇ ਜੱਗ ਵਿੱਚ ਫਤਿਹ ਜਿਹਦੇ ਬੁੱਲਾਂ ਤੇ ਫਤਿਹ ਉਹਦੀ ਕਈ ਕੁੱਲਾਂ ਤੇ ਫਤਿਹ ਜਿਹਦੀ ਜ਼ਬਾਨ ਤੇ ਫਤਿਹ ਉਹਦੀ ਹਰ ਮੈਦਾਨ ਫਤਿਹ ਤੇ ਜਿਹੜਾ ਗੱਜ ਕੇ ਬੁਲਾਉਂਦਾ ਫਤਿਹ ਮੇਰਾ ਬਾਪੂ ਕਹਿੰਦਾ ਉਹਦੇ ਵੱਲ ਮੇਰਾ ਮੁੱਖ ਮੁੱਖ ਤੇ ਸੰਗਤ ਜੀ ਪਿਓ ਮਿਲ ਜੇ ਕਲਗੀ ਧਰ ਵਰਗਾ ਮਾਂ ਸਾਹਿਬ ਕੌਰ ਜੀ ਮਾਂ ਮਿਲ ਜੇ ਮੈਂ ਹੋਰ ਕੀ ਲੈਣਾ ਦੁਨੀਆਂ ਤੋਂ ਮੈਨੂੰ ਆਨੰਦਪੁਰ ਸ਼ਹਿਰ ਮਿਲ ਜੇ ਤੇ ਆਓ ਪਾਓ ਜੀ ਗੁੰਜਾਂ ਦੋਨੋਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਮੈਂ ਬੇਨਤੀ ਕਰਾਂ 16 ਸਾਲ ਤੋਂ ਵੱਧ ਵੀਰ ਜਾਂ ਸਾਡੀਆਂ ਭੈਣਾਂ ਜਿਨ੍ਹਾਂ ਨੇ ਦਸਤਾਰ ਮੁਕਾਬਲੇ ਦੇ ਵਿੱਚ ਤੇ ਦੁਮਾਲਾ ਮੁਕਾਬਲੇ 'ਚ ਭਾਗ ਲੈਣਾ ਸੋ ਮੁਕਾਬਲੇ ਸ਼ੁਰੂ ਹੋ ਚੁੱਕੇ ਆ ਰਾਜ ਭਾਗ ਕਦੇ ਤਰਲਿਆਂ ਨਾਲ ਨਹੀਂ ਮਿਲਦੇ ਕੌਮ ਦੇ ਜਰਨੇਲਾਂ ਨੂੰ ਇੱਕ ਦੇ ਜ਼ੋਰ ਦੇ ਨਾਲ ਰਣ ਤੱਤੇ ਵਿੱਚ ਜੂਝਣਾ ਪੈਂਦਾ ਸਿਰ ਧਰਦੀਆਂ ਬਾਜ਼ੀਆਂ ਲਾਉਣੀਆਂ ਪੈਂਦੀਆਂ ਕੋਈ ਕਿਸੇ ਕੋ ਰਾਜ ਨਾ ਦੇ ਹੈ ਜੋ ਲੇ ਹੈ ਨਿਜ ਬਲ ਸੇ ਲੇ ਹੈ ਰਾਜ ਬਿਨਾਂ ਨੇ ਧਰਮ ਚਲੇ ਹੈ ਧਰਮ ਬਿਨਾਂ ਸਭ ਤਲੇ ਮਲੇ ਹੈ ਇਹ ਸਿਧਾਂਤ ਸੀ ਮੀਰੀ ਪੀਰੀ ਵਾਲੀਆਂ ਸਰਕਾਰਾਂ ਦਾ ਪਹਿਲਾ ਨਗਮਾ ਮੈਂ ਬਾਬੇ ਨਾਨਕ ਨੂੰ ਸਮਰਪਿਤ ਆਪ ਜੀ ਨਾਲ ਸਾਂਝਾ ਕਰਨ ਲੱਗਾ ਆਦ ਨਿਰੰਜਨ ਹੈ ਗੁਰੂ ਨਾਨਕ ਧਾਰ ਕੇ ਮੂਰਤ ਹੈ ਜਗ ਆਇਓ ਲੋਕ ਸੁਣਿਓ ਪਰਲੋਕ ਸੁਣਿਓ ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਪਾਰ ਉਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ ਸੰਗਤ ਜੀ ਉਹ ਆਇਆ ਬੇੜੇ ਪਾਰ ਕਰਨ ਸਾਚਾ ਜੀ ਤੇ ਮਜ਼ਲੂਮਾਂ ਨੂੰ ਪਿਆਰ ਕਰਨ ਕਰਨ ਗੁਰੂ ਨਾਨਕ ਜਗ ਤੇ ਆਇਆ ਏ ਨੀਚਾਂ ਨੂੰ ਊਚ ਗੁਰੂ ਨਾਨਕ ਦਾ ਜਸ ਮੁੱਕਦਾ ਨਹੀਂ ਸੱਚ ਕਦੇ ਲੁਕਾਇਆ ਲੁਕਦਾ ਨਹੀਂ ਮੇਰੇ ਤੋਂ ਪਹਿਲਾਂ ਪੰਥ ਦਾ ਸਿਰਮੌਰ ਕਵੀਸ਼ਰੀ ਜਥਾ ਬੈਂਕਾ ਸਾਹਿਬ ਦਾ ਕਵੀਸ਼ਰੀ ਜਥਾ ਆਪ ਜੀ ਨੂੰ ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਜੀਵਨ ਦੇ ਵਿੱਚੋਂ ਇਤਿਹਾਸ ਸਰਵਣ ਕਰਵਾ ਕੇ ਗਿਆ ਸੋ ਮੈਂ ਪਹਿਲਾ ਨਗਮਾ ਕਹਿਣ ਲੱਗਾ ਗੁਰੂ ਨਾਨਕ ਰਹਿਨੁਮਾ ਬਣ ਕੇ ਆਇਆ ਹਰ ਇੱਕ ਦਰਦੇ ਦਿਲ ਕੀ ਦੁਆ ਬਣ ਕੇ ਆਇਆ ਪਾਪੋਂ ਕੀ ਅਗਨੀ ਮੇ ਜਲਤੀ ਥੀ ਦੁਨੀਆ ਬੁਝਾਨੇ ਕੀ ਖਾਤਰ ਫਾ ਬਣ ਕੇ ਆਇਆ ਹਿੰਦੂਓ ਕੇ ਸਤਗੁਰ ਥੇ ਦੀਨੋ ਕੇ ਰਕਸ਼ਸ ਮੁਸਲਮ ਕੇ ਘਰ ਮੁਸਤਫਾ ਬਣ ਕੇ ਆਇਆ ਦੁਈ ਕਾ ਪਰਦਾ ਉਠਾਨੇ ਕੀ ਖਾਤਰ ਉਹ ਨਾਨਕ ਕੀ ਸੂਰਤ ਖੁਦਾ ਬਣ ਕੇ ਆਇਆ ਆਇਆ ਹਰ ਧਰਮ ਨੇ ਹਰ ਮਜ਼ਹਬ ਨੇ ਆਪਣਾ ਗੁਰੂ ਮੰਨਿਆ ਚਾਹੇ ਉਹ ਹਿੰਦੂ ਚਾਹੇ ਉਹ ਮੁਸਲਮਾਨ ਤੇ ਸੰਗਤ ਜੀ ਜੰਮਦੀ ਮਰਦੀ ਤੇ ਆਮ ਦੁਨੀਆ ਪਰ ਗੁਰੂ ਨਾਨਕ ਦੇ ਮਹਾਰਾਜ ਧਰਤੀ ਦੇ ਤਖਤੇ ਤੇ ਪ੍ਰਗਟ ਹੋਏ ਆਪਾਂ ਪੜ੍ਹਦੇ ਆ ਆਪ ਨਰਾਇਣ ਕਲਾ ਧਾਰ ਜਗ ਮੈਂ ਪ੍ਰਭਰਿਓ ਨਿਰੰਕਾਰ ਅਕਾਰ ਜੋਤ ਜਗ ਮੰਡਲ ਕਰਿਓ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਇੱਕ ਉਰਦੂ ਦਾ ਸ਼ਾਇਰ ਕਹਿੰਦਾ ਹੋਏ ਯੂੰ ਬਹੁਤ ਪਾਰਸਾ ਇਸ ਜਹਾਂ ਮੇ ਨਬੀਓ ਬਲੀ ਦੇਵਤਾ ਇਸ ਜਹਾਂ ਮੇ ਜਿਨੇ ਭੇਜਤਾ ਹੈ ਖੁਦਾ ਇਸ ਜਹਾਂ ਮੇ ਬਹੁਤ ਸੇ ਹੋਏ ਰਹਿਨੁਮਾ ਇਸ ਜਹਾਂ ਮੇ ਫਕਤ ਉਨਕੇ ਪੈਰੋਕਾਰ ਉਨਹੇ ਮਾਨਤੇ ਹੈ ਮਗਰ ਤੁਝਕੋ ਤੋ ਬਾਬਾ ਸਭੀ ਖੁਦਾ ਜਾਣਤੇ ਹੈ ਅਗਰ ਤੇਰੀ ਗੁਫਤਗੋ ਸਭ ਕੋ ਭਾਈ ਨਾ ਹੋਤੀ ਤੋ ਮੁਸਲਮ ਪੇ ਤੇਰੀ ਰਹਿਨੁਮਾਈ ਨਾ ਹੋਤੀ ਅਗਰ ਤੁਝ ਪੇ ਸ਼ਾਇਦਾ ਖੁਦਾਈ ਨਾ ਹੋਤੀ ਤੋ ਤੇਰੀ ਲਾਸ਼ ਪੇ ਤੋ ਹੱਥੋਂ ਪਾਈ ਨਾ ਹੋਤੀ ਨਾ ਹਿੰਦੂ ਚਲਾਨੇ ਪੇ ਇਸਰਾਰ ਕਰਤੇ ਨਾ ਮੁਸਲਮ ਪੇ ਦਫਨਾਨੇ ਤਕਰਾਰ ਕਰਤੇ ਹੈ ਹਰ ਏਕ ਬਾਤ ਤੇਰੀ ਮਕਬੂਲ ਨਾਨਕ ਆਪਣੇ ਬੇਗਾਨੇ ਕਾ ਮਕਬੂਲ ਨਾਨਕ ਜਾ ਨਾ ਮਾਨੇ ਜੋ ਤੁਝੇ ਹੋ ਮਜ਼ਹੂਲ ਨਾਨਕ ਨਹੀਂ ਜਿਸ ਪੇ ਕਾਂਟਾ ਹੋ ਫੂਲ ਨਾਨਕ ਤੂੰ ਉਹ ਕਾਬਾ ਹੈ ਕਿ ਕਾਬੇ ਨੇ ਕੀਆ ਤੇਰਾ ਤਵਾਫ ਜ਼ਾਹਿਰ ਉਹ ਬਾਤਨ ਤੇਰਾ ਮਨਿੰਦ ਆਈ ਨਾ ਸਾਥ ਪੰਜਾਬੀ ਦਾ ਸ਼ਾਇਰ ਕਹਿੰਦਾ ਉੱਚੇ ਉੱਚਿਆਂ ਦੇ ਦਾਤੇ ਦਾਤਿਆਂ ਦੇ ਬਲੀ ਬਲੀਆਂ ਦੇ ਪੀਰਾਂ ਦੇ ਪੀਰ ਬਾਬਾ ਧਰਤੀ ਦਿਨਾਂ ਦੇ ਤਾਣ ਨਤਾਣਿਆਂ ਦੇ ਨੂਰ ਰੱਬ ਦੇ ਰੋਸ਼ਨ ਪੀਰ ਬਾਬਾ ਪਾਰੀ ਉਪਕਾਰੀ ਨਿਰੰਕਾਰੀ ਸਦਾਚਾਰੀ ਦਾਤੇ ਮੁਕਤੀ ਦੇ ਦੁਲਿਆਂ ਦੀ ਧੀ ਬਾਬਾ ਇੱਕੋ ਜਿਹੇ ਸਾਂਝੇ ਧਣੀਆਂ ਨਿਰਤਨਾਂ ਦੇ ਪ੍ਰੇਮੀ ਸਭ ਦੇ ਗਹਿਰ ਗੰਭੀਰ ਬਾਬਾ ਓਏ ਫੇਰ ਠਾਰ ਜਾ ਤਪੇ ਸੰਸਾਰ ਤਾਈ ਨਾ ਹੁਣ ਦੁੱਖ ਵਿਛੋੜੇ ਦਾ ਹੈ ਹੋਵੇ ਹਿੰਦੂ ਮੁਸਲਮ ਸਿੱਖ ਈਸਾਈ ਕਹਿਣ ਸਾਰੇ ਗੁਰੂ ਨਾਨਕ ਤੇਰੀ ਜੈ ਹੋਵੇ ਤੇਰੀ ਜੈ ਹੋਵੇ ਤੇਰੀ ਜੈ ਹੋਵੇ ਤੇ ਸੰਗਤ ਜੀ ਮੇਰੇ ਮਹਾਰਾਜ ਧਰਤੀ ਦੇ ਤਖਤੇ ਤੇ ਪ੍ਰਗਟ ਹੋਏ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ ਸਤ ਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ
ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ ਜਿੱਥੇ ਮਾਤਾ ਤ੍ਰਿਪਤਾ ਨੂੰ ਵਧਾਈਆਂ ਮਹਿਤਾ ਕਾਲੂ ਜੀ ਨੂੰ ਵਧਾਈਆਂ ਸਮੁੱਚੇ ਹੀ ਖਾਲਸਾ ਪੰਥ ਨੂੰ 550 ਸਾਲ ਪ੍ਰਗਟ ਦਿਹਾੜਾ ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਨਾਲ ਤੇ ਆਓ ਤੱਕੋ ਜਰਾ ਕਿ ਗੁਰੂ ਨਾਨਕ ਤੇਰੀ ਜੈ ਹੋਵੇ ਤੇਰੀ ਜੈ ਹੋਵੇ ਤੇਰੀ ਜੈ ਜਾਗਰਤੀ ਪੈਦਾ ਹੁੰਦੀ ਹੈ ਸਿੱਖ ਬੱਚਿਆਂ ਨੂੰ ਜੋ ਬਾਬਾ ਫਤਿਹ ਸਿੰਘ ਜੀ ਸਾਹਿਬਜ਼ਾਦਿਆਂ ਵਿੱਚੋਂ ਜਿਹਨਾਂ ਨੇ ਇਹ ਦੁਬਾਲਾ ਲੈ ਕੇ ਆਏ ਸੀ ਅਨੰਦਪੁਰ ਸਾਹਿਬ ਵਿਖੇ ਉਹਨਾਂ ਦੀ ਦੇਣ ਹੈ ਅੱਜ ਉਹ ਦੁਬਾਲਾ ਸਜਾ ਕੇ ਇਸੇ ਕੌਮ ਦੇ ਨੌਜਵਾਨ ਬਾਰੇ ਪ੍ਰੇਰਨਾ ਦੇ ਰਹੇ ਹਨ ਔਰ ਸ਼ਲਾਘਾ ਜੋ ਕਦਮ ਹੈ ਇਸ ਨੂੰ ਕਵਰ ਕਰ ਰਹੇ ਹਨ ਟਾਈਮ ਟੀ ਵੀ ਚੜ੍ਹਦੀ ਕਲਾ ਬਾਰੇ ਉਹਨਾਂ ਦਾ ਵੀ ਧੰਨਵਾਦ ਹੈ ਬਹੁਤ ਬਹੁਤ ਜੋ ਇਸੇ ਕੌਮ ਦੀ ਆਵਾਜ਼ ਸੋ ਚੈਨਲ ਰਾਹੀਂ ਦੂਰ ਦੇਸ਼ਾਂ ਤੱਕ ਪਹੁੰਚਾ ਰਹੇ ਹਨ ਸੋ ਜੋ ਸਰਕਾਰ ਕਮੇਟੀ ਪੰਜਾਬ ਭਾਈ ਬਲਵੀਰ ਸਿੰਘ ਸੱਸਾ ਵੱਲੋਂ ਇੱਕ ਵੱਡਾ ਉਪਰਾਲਾ ਕੀਤਾ ਗਿਆ ਹੈ ਜਿੰਨੇ ਵੀ ਗ੍ਰੰਥੀ ਸਿੰਘ ਔਰ ਪਿੰਡਾਂ ਨੇ ਉਹਨਾਂ ਦੇ ਬੱਚੇ ਪੜ੍ਹਾਉਣ ਦਾ ਸੋ ਕਦਮ ਉਪਰਾਲਾ ਕੀਤਾ ਹੈ ਸੰਗਤਾਂ ਧੰਨਵਾਦ ਧਰਨ ਸਹਿਯੋਗ ਦੇ ਅਰਦਾਸ ਕਰਨ ਚੜ੍ਹਦੀ ਹੋਈ ਦੇਸ਼ ਕੌਮ ਦੀ ਸੇਵਾ ਕਰਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਮੂਹ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਹੜੀਆਂ ਅੱਜ ਇੱਥੇ ਦਸਤਾਰ ਅਤੇ ਦੁਮਾਲੇ ਮੁਕਾਬਲੇ ਦੇ ਵਿੱਚ ਜਿਨ੍ਹਾਂ ਨੇ ਹਾਜ਼ਰੀ ਭਰੀ ਹੈ ਅਤੇ ਮੈਂ ਸਿੱਖ ਯੂਥ ਆਫ ਐਡਮਿੰਟਨ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇੱਕ ਬਹੁਤ ਵਧੀਆ ਮੌਕਾ ਦਿੱਤਾ ਆਪਣੀਆਂ ਕਮਿਊਨਿਟੀ ਦੇ ਵਿੱਚ ਆਪਣੀਆਂ ਸੰਗਤਾਂ ਦੇ ਚਰਨ ਪਰਸਨ ਦਾ ਅਸੀਂ ਸਮੂਹ ਗ੍ਰੇਡ ਵੇ ਫਾਈਨੈਂਸ਼ੀਅਲ ਦੀ ਟੀਮ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਅਤੇ ਮੈਂ ਨਾਲ ਆਪਣੇ ਲੀਡਰ ਸਾਹਿਬਾਨ ਗੁਰਦੀਪ ਸਿੰਘ ਜੀ ਅਤੇ ਟੈਰੀ ਸਿੰਘ ਜੀ ਅਤੇ ਸੁਖਜਿੰਦਰ ਸਿੰਘ ਦੋਸਾਂਝ ਜੀ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਥੇ ਆ ਕੇ ਆਪਣੀਆਂ ਸੇਵਾਵਾਂ ਦਿੱਤੀਆਂ ਨੇ ਅਤੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਅਸੀਂ ਇੱਕ ਮਿਸ਼ਨ ਲੈ ਕੇ ਚੱਲੇ ਹਾਂ ਆਪਣੀ ਕਮਿਊਨਿਟੀ ਦੇ ਵਿੱਚ ਹਰ ਘਰ ਦੇ ਵਿੱਚ ਤਾਂ ਜੋ ਉਹਨਾਂ ਦਾ ਭਵਿੱਖ ਅਤੇ ਜੋ ਵਰਤਮਾਨ ਸੁਰੱਖਿਅਤ ਹੋ ਸਕੇ ਇੰਨੀ ਮੇਰੀ ਬੇਨਤੀ ਹੈ ਜਿਹੜੇ ਚੱਲ ਕੇ ਆਏ ਹਨ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਇੱਕ ਵਾਰੀ ਫਿਰ ਮੈਂ ਚੜ੍ਹਦੀ ਕਲਾ ਟੀਵੀ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਆ ਕੇ ਸਾਨੂੰ ਆਪ ਸੰਗਤਾਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਤਿ ਸ਼੍ਰੀ ਅਕਾਲ ਅਤੇ ਨਮਸਤੇ ਟੂ ਐਵਰੀ ਵਨ ਤੁਹਾਡਾ ਸਭ ਦਾ ਧੰਨਵਾਦ ਇੰਨਾ ਵਧੀਆ ਈਵੈਂਟ ਕ੍ਰੀਏਟ ਕਰਨ ਦਾ ਅਤੇ ਸਾਨੂੰ ਮੌਕਾ ਦੇਣ ਦਾ ਕਮਿਊਨਿਟੀ ਦੀ ਸੇਵਾ ਕਰਨ ਲਈ ਅਤੇ ਅਸੀਂ ਤੁਹਾਡੇ ਸਭ ਦੇ ਧੰਨਵਾਦੀ ਹੈਗੇ ਹਾਂ ਅਤੇ ਥੈਂਕ ਯੂ ਸੋ ਮੱਚ ਦਿਸ ਇਜ਼ ਮਾਨਵ ਚੱਡਾ ਫਰੋਮ ਗ੍ਰੇਟ ਵੇ ਫਾਈਨੈਂਸ਼ੀਅਲ ਐਂਡ ਆਵਰ ਕੰਪਨੀ ਐਂਡ ਆਵਰ ਟੀਮ ਇਜ਼ ਹਾਈਲੀ ਗ੍ਰੇਟਫੁਲ ਟੂ ਐਵਰੀ ਵਨ ਹੂ ਕ੍ਰੀਏਟਿਡ ਦਿਸ ਈਵੈਂਟ ਐਂਡ ਗੇਵ ਅਸ ਐਨ ਓਪਰਚੁਨਿਟੀ ਟੂ ਬੀ ਅ ਪਾਰਟ ਆਫ ਦਿਸ ਈਵੈਂਟ ਐਂਡ ਹੈਲਪ ਸਰਵ ਦ ਕਮਿਊਨਿਟੀ ਥੈਂਕ ਯੂ ਵੀ ਆਰ ਆਲਵੇਜ਼ ਦੇਅਰ ਟੂ ਹੈਲਪ ਯੂ ਸਪੋਰਟ ਯੂ ਐਂਡ ਐਜੂਕੇਟ ਯੂ ਔਨ ਯੋਰ ਫਾਈਨੈਂਸ਼ੀਅਲ ਕੰਸਰਨਸ ਥੈਂਕ ਯੂ ਬਾਏ ਦਾਸ ਮਲਕੀਤ ਸਿੰਘ ਢੇਸੀ ਅੱਜ 24 ਅਗਸਤ 2019 ਦੇ ਵਿੱਚ ਅੱਜ ਸਿੱਖ ਯੂਥ ਐਡਮਿੰਟਨ ਵੱਲੋਂ ਜੋ ਦਸਤਾਰ ਦੇ ਪਟੀਸ਼ਨ ਰੱਖੇ ਨੇ ਅੱਜ ਉਹਦੇ ਵਿੱਚ ਠਾਠਾਂ ਮਾਰਦਾ ਇਕੱਠ ਸਿੱਖ ਸੰਗਤਾਂ ਦਾ ਇਕੱਠਾ ਹੋਇਆ ਆ ਅਤੇ ਜਿਹਦੇ ਵਿੱਚ ਔਲਰੇਡੀ ਯਾਨੀ ਕਿ 1 ਤੋਂ 10 ਸਾਲ ਦੇ ਬੱਚੇ ਜਿਹੜੇ ਘਰੋਂ ਦਸਤਾਰ ਸਜਾ ਕੇ ਆਏ ਹਨ ਉਹਨਾਂ ਦਾ ਔਲਰੇਡੀ ਕੰਪੀਟੀਸ਼ਨ ਕੰਪਲੀਟ ਹੋ ਚੁੱਕਾ ਆ ਅਤੇ ਹੁਣ ਜਿਹੜੇ 1 ਤੋਂ 15 ਸਾਲ ਦੇ ਨੇ ਉਹ ਹੁਣ ਟੈਂਟ ਦੇ ਵਿੱਚ ਪਹੁੰਚ ਗਏ ਆ ਅਤੇ ਉਹ ਉੱਥੇ ਲਾਈਵ ਦਸਤਾਰਾਂ ਸਜਾਉਣਗੇ ਆ ਅਤੇ ਇਸ ਤੋਂ ਪਹਿਲਾਂ ਯਾਨੀ ਕਿ ਸਟੇਜ ਦੇ ਉੱਤੇ ਕਮਿਸ਼ਨਰੀ ਜਥਾ ਬੈਂਕ ਦਾ ਕਮਿਸ਼ਨਰੀ ਜਥਾ ਉਹ ਪਹੁੰਚਿਆ ਸੀ ਅਤੇ ਉਸ ਤੋਂ ਬਾਅਦ ਯਾਨੀ ਕਿ ਗੁਰਪ੍ਰੀਤ ਸਿੰਘ ਲਾਂਡਰਾਂ ਜੋ ਸਾਡੇ ਕੋਲ ਵਿਸ਼ੇਸ਼ ਤੌਰ 'ਤੇ ਵੈਨਕੋਵਰ ਤੋਂ ਪਹੁੰਚੇ ਨੇ ਅੱਜ ਬਹੁਤ ਹੀ ਸੋਹਣਾ ਦਿਨ ਹੈ ਜਦੋਂ ਕਿ ਸਿੱਖ ਫੈਡਰੇਸ਼ਨ ਆਫ ਯੂਥ ਫੈਡਰੇਸ਼ਨ ਵੱਲੋਂ ਇਹ ਪ੍ਰੋਗਰਾਮ ਲਿਖਿਆ ਗਿਆ ਹੈ ਦਸਤਾਰ ਅਤੇ ਦਮਾਲਿਆਂ ਦਾ ਜੋ ਕਿ ਬੜੇ ਹੀ ਸ਼ਲਾਘਾਯੋਗ ਕਦਮ ਹੈ ਸਿੱਖ ਧਰਮ ਦੀ ਸੇਵਾ ਕਰ ਰਹੇ ਨੇ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਵੱਡੇ ਵੱਡੇ ਕਮਿਸ਼ਨਰ ਅਤੇ ਢਾਡੀ ਜਥੇ ਇੱਥੇ ਪਹੁੰਚੇ ਹੋਏ ਹਨ ਅਤੇ ਬੜੀ ਰੌਣਕ ਲੱਗੀ ਹੋਈ ਹੈ ਖੁੱਲ੍ਹੇ ਪੰਡਾਲ ਦੇ ਵਿੱਚ ਦੀਵਾਨ ਸਜਿਆ ਹੋਇਆ ਹੈ ਸਾਰੇ ਹੀ ਆਨੰਦ ਮਾਣ ਰਹੇ ਹਨ ਇਹ ਵਧਾਈ ਦੇ ਪਾਤਰ ਹਨ ਸਾਡੇ ਵੱਲੋਂ ਗੁਰਦੁਆਰਾ ਰਾਮਗੜੀਆ ਸਿੱਖ ਸੁਸਾਇਟੀ ਆਫ ਐਡਮਿੰਟਨ ਵੱਲੋਂ ਇਹਨਾਂ ਨੂੰ ਵਧਾਈ ਦਿੰਦੇ ਹਾਂ ਸਤਿਗੁਰੂ ਚੜ੍ਹਦੀਆਂ ਕਲਾ ਬਖਸ਼ਣ ਅਤੇ ਇਸੇ ਤਰ੍ਹਾਂ ਦੇਸ਼ ਦੀ ਕੌਮ ਦੀ ਸੇਵਾ ਕਰਦੇ ਰਹਿਣ ਤਾਂ ਇਹਨਾਂ ਨੂੰ ਹਰ ਮੈਦਾਨ ਹਰ ਕਾਰਜ ਸਤਿਗੁਰੂ ਫਤਿਹ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਢਾਡੀ ਜਥੇ ਦੀ ਬੁਲਾਈ ਹੋਈ ਫਤਿਹ ਪ੍ਰਵਾਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਐਡਮਿੰਟਨ ਕੈਨੇਡਾ ਦੀ ਧਰਤੀ ਦੇ ਉੱਤੇ ਸਿੱਖ ਯੂਥ ਆਫ ਐਡਮਿੰਟਨ ਵੱਲੋਂ ਹਰ ਸਾਲ ਦੀ ਤਰ੍ਹਾਂ ਦਸਤਾਰ ਮੁਕਾਬਲਾ ਅਤੇ ਦੁਮਾਲਾ ਮੁਕਾਬਲਾ ਕਰਵਾਇਆ ਜਾਂਦਾ ਆ, ਅੱਜ ਕਰਵਾਇਆ ਜਾ ਰਿਹਾ। 110 ਦਾ ਢਾਡੀ ਜਥਾ ਅਤੇ ਬੈਂਕਾ ਸਾਹਿਬ ਦਾ ਕਵੀਸ਼ਰੀ ਜਥਾ ਇਸ ਸਮਾਗਮ ਦੇ ਵਿੱਚ ਪਹੁੰਚਿਆ ਹੋਇਆ। ਬਹੁਤ ਵੱਡਾ ਮਾਣ ਆ, ਦਸਤਾਰ ਮੁਕਾਬਲੇ ਦੁਮਾਲੇ ਮੁਕਾਬਲੇ ਜੋ ਕਿ ਸਿੱਖ ਵਿਰਸੇ ਦੇ ਨਾਲ ਸਾਡੇ ਨੌਜਵਾਨਾਂ ਨੂੰ ਜੋੜਨ ਦਾ ਵੱਡਾ ਉਪਰਾਲਾ ਆ। ਅਤੇ ਚੜ੍ਹਦੀ ਕਲਾ ਟਾਈਮ ਟੀਵੀ ਦਾ ਧੰਨਵਾਦ ਕਰਦਾ ਜਿਹੜੇ ਇੱਥੇ ਆ ਕੇ ਕਵਰੇਜ ਕਰ ਰਹੇ ਆ। ਦੋ ਬੋਲ ਕੇ ਹੀਰਾ ਕੋਹੇ ਨੂਰ ਜਿਹਾ, ਜਿਵੇਂ ਮਿਲਦਾ ਨਹੀਂ ਜਾਗੇ ਉੱਤੇ ਕੋਈ, ਟੋਪੀ ਭਾਵੇਂ ਸੋਨੇ ਦੀ ਲੈ ਲਾ ਪਰ ਪੱਗ ਦਾ ਮੁਕਾਬਲਾ ਨਹੀਂ ਕੋਈ। ਦਿਲੋਂ ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੇਰਾ ਨਾਮ ਪ੍ਰੀਤ ਸਿੰਘ ਹੈਗਾ ਜੀ, ਮੈਂ ਮੋਰਗੇਜ ਬ੍ਰੋਕਰ ਹਾਂ ਮੋਰਗੇਜ ਅਲਾਇੰਸ ਦੇ ਨਾਲ। ਅਤੇ ਇੱਥੇ ਅੱਜ ਆਪਾਂ ਦਸਤਾਰ ਮੁਕਾਬਲੇ ਦੁਮਾਲੇ ਮੁਕਾਬਲੇ 'ਤੇ ਆਏ ਹੈਗੇ ਹਾਂ। ਅੱਜ ਸਾਰੇ ਸਿੱਖ ਸੰਗਤ ਅੱਜ ਇਕੱਠੀ ਹੋਈ ਹੈਗੀ ਹੈ ਅਤੇ ਪ੍ਰਬੰਧਕਾਂ ਨੇ ਬਹੁਤ ਵਧੀਆ ਪ੍ਰੋਗਰਾਮ ਕੀਤਾ, ਲਿਖਿਆ ਹੋਇਆ ਜੀ ਇੱਥੇ। ਮੈਂ ਪ੍ਰਬੰਧਕਾਂ ਨੂੰ ਸਭ ਤੋਂ ਪਹਿਲਾਂ ਬਹੁਤ ਬਹੁਤ ਵਧਾਈ ਦੇਣਾ ਚਾਹਾਂਗਾ ਕਿ ਬੱਚੇ ਇੱਥੇ ਆਪਣੇ ਸਿੱਖੀ ਵਿਰਸੇ ਨਾਲ ਜੁੜ ਰਹੇ ਨੇ, ਆ ਜਾ ਕੇ ਆਪਣੀ ਦਸਤਾਰ ਦੇ ਹੁਨਰ ਦਿਖਾ ਰਹੇ ਨੇ ਅਤੇ ਜਿੰਨੀ ਉਹਨਾਂ ਨੇ ਨਾਲ ਖੁਸ਼ੀਆਂ ਵੰਡ ਰਹੇ ਨੇ ਸਾਰਿਆਂ ਨਾਲ। ਉਹਨਾਂ ਦਾ ਜਿਹੜਾ ਪ੍ਰਬੰਧਕਾਂ ਦਾ ਜਿਹੜਾ ਪ੍ਰੋਗਰਾਮ ਲਿਖਿਆ ਹੋਇਆ ਬਹੁਤ ਸਫਲ ਹੈ ਅਤੇ ਮੈਂ ਬਾਕੀ ਹੋਰ ਆਉਣ ਵਾਲੇ ਸਾਲਾਂ ਵਿੱਚ ਵੀ ਸਿੱਖ ਸੰਗਤ ਨੂੰ ਬੇਨਤੀ ਕਰਾਂਗਾ ਕਿ ਹਰ ਸਾਲ ਇਹ ਪ੍ਰੋਗਰਾਮ ਉਲੀਕਿਆ ਜਾਂਦਾ ਹੈ, ਜ਼ਰੂਰ ਆਪਣੇ ਬੱਚਿਆਂ ਨੂੰ ਆਪਣੇ ਨਾਲ ਲੈ ਕੇ ਆਓ, ਸਿੱਖੀ ਵਿਰਸੇ ਦੇ ਨਾਲ ਜੋੜੋ। ਬਜ਼ੁਰਗ ਸਾਡੇ ਘਰਾਂ ਦਾ ਅਸਲ ਸਰਮਾਇਆ ਹੁੰਦੇ ਨੇ, ਜਿਨ੍ਹਾਂ ਨੂੰ ਆਪਣੇ ਬੱਚਿਆਂ ਅਤੇ ਪਰਿਵਾਰ ਤੋਂ ਬਿਨਾਂ ਸੰਸਾਰ ਹੀ ਸੁਣਨਾ ਜਾਪਦਾ ਹੈ। ਉਮਰ ਦੇ ਇਸ ਪੜਾਅ 'ਤੇ ਕਈ ਵਾਰ ਬਜ਼ੁਰਗ ਇਕੱਲਤਾ ਦਾ ਅਹਿਸਾਸ ਕਰਨ ਲੱਗ ਜਾਂਦੇ ਨੇ। ਬਜ਼ੁਰਗਾਂ ਦੇ ਖੁਸ਼ੀ ਦੇ ਪਲਾਂ ਵਿੱਚ ਵਾਧਾ ਕਰਨ ਅਤੇ ਉਹਨਾਂ ਦੀ ਇਕੱਲਤਾ ਨੂੰ ਦੂਰ ਕਰਨ ਦੇ ਲਈ ਵਿਦੇਸ਼ਾਂ ਵਿੱਚ ਤਰ੍ਹਾਂ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਨੇ। ਅਜਿਹੇ ਉਪਰਾਲਿਆਂ ਦੀ ਲੜੀ ਵਿੱਚ ਗੁਰੂ ਨਾਨਕ ਸੀਨੀਅਰ ਕੇਅਰ ਸੁਸਾਇਟੀ ਐਡਮਿੰਟਨ ਵੱਲੋਂ ਹਰ ਸਾਲ ਬਜ਼ੁਰਗਾਂ ਦੀ ਪਿਕਨਿਕ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਵਾਰ ਵੀ ਪਿਕਨਿਕ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਬਜ਼ੁਰਗਾਂ ਨੇ ਬੜੇ ਉਤਸ਼ਾਹ ਦੇ ਨਾਲ ਭਾਗ ਲਿਆ। ਇਸ ਮੌਕੇ ਵੱਖ ਵੱਖ ਤਰ੍ਹਾਂ ਦੇ ਇਵੈਂਟ ਵੀ ਕਰਵਾਏ ਗਏ। ਆਉਣ ਵਾਲੇ ਸਮੇਂ 'ਚ ਇਸ ਨੂੰ ਇੱਕ ਐਸਾ ਇਵੈਂਟ ਬਣਾਉਣਾ ਚਾਹੁੰਦੇ ਹਾਂ ਜਿਹਦੇ 'ਚ ਹੈਲਦੀ ਪਰਿਵਾਰ, ਇਹ ਜੀ ਸੋਚ ਵਾਲੇ ਪਰਿਵਾਰ ਆ ਕੇ ਇੱਥੇ ਆ ਕੇ ਇਕੱਠੇ ਹੋ ਕੇ ਕੁਛ ਟਾਈਮ, ਇੱਕ ਦਿਨ ਸਾਲ 'ਚ ਜਾਂ ਦੋ ਦਿਨ ਵੀ ਕਰ ਸਕਦੇ ਹਾਂ ਜਦੋਂ ਇਸ ਨੂੰ ਹੁੰਗਾਰਾ ਜ਼ਿਆਦਾ ਮਿਲਿਆ। ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਆਉਣ ਦਾ, ਅਤੇ ਬਹੁਤ ਅੱਛਾ ਲੱਗਿਆ। ਅੱਜ ਦੀ ਇਹ ਪਿਕਨਿਕ ਅਸੀਂ ਬਜ਼ੁਰਗਾਂ ਨੂੰ ਹੈਲਦੀ ਰੱਖਣ ਖਾਤਰ, ਉਹਨਾਂ ਨੂੰ ਅੱਛੀਆਂ ਹੈਲਦੀ ਆਦਤਾਂ ਪਾਉਣ ਖਾਤਰ, ਉਹਨਾਂ ਨੂੰ ਮਾਨਸਿਕ ਤੌਰ 'ਤੇ ਤਣਾਓ ਘਟੇ, ਪਰਿਵਾਰਾਂ ਨਾਲ ਮਿਲਣ, ਇਸ ਕਰਕੇ ਅਸੀਂ ਇਹ ਰੱਖੀ ਹੋਈ ਹੈ। ਇਹ ਅਸੀਂ 3-4 ਸਾਲ ਤੋਂ ਹਰ ਸਾਲ ਕਰ ਰਹੇ ਹਾਂ, ਜਿਹਦੇ ਵਿੱਚ ਹੁੰਗਾਰਾ ਹਰ ਸਾਲ ਪਹਿਲਾਂ ਨੂੰ ਵੱਧ ਜਾਂਦਾ ਹੈ। ਸੋ ਇਸ ਦਾ ਬਜ਼ੁਰਗਾਂ ਨੂੰ ਵੀ ਬਹੁਤ ਫਾਇਦਾ ਹੈ, ਕਮਿਊਨਿਟੀ 'ਚ ਪਰਿਵਾਰ ਬਾਹਰ ਆ ਕੇ ਪਿਕਨਿਕ ਕਰਨ ਦੀ ਆਦਤ ਬਣਦੀ ਹੈ। ਇਹਦੇ ਵਿੱਚ ਅਸੀਂ ਕੁਛ ਈਵੈਂਟਸ ਕਰਾਉਂਦੇ ਹਾਂ, ਜਿਵੇਂ ਮਿਊਜ਼ੀਕਲ ਚੇਅਰ ਬਜ਼ੁਰਗਾਂ ਦਾ ਕਿਰਾਇਆ, ਬੱਚਿਆਂ ਦਾ ਕਿਰਾਇਆ, ਫਿਰ ਬੀਬੀਆਂ ਦਾ ਕਿਰਾਇਆ। ਇਸ ਤੋਂ ਬਾਅਦ ਹੁਣ ਅਸੀਂ ਬੀਬੀਆਂ ਦਾ ਗਿੱਧਾ ਪਾਉਣਗੀਆਂ, ਇਹ ਮਨੋਰੰਜਨ ਹੋ ਜਾਂਦਾ ਹੈ, ਇਹਦੇ ਨਾਲ ਬਹੁਤ ਅੱਛਾ ਅਸਰ ਪੈਂਦਾ ਹੈ। ਸੋ ਆਉਣ ਵਾਲੇ ਸਮੇਂ ਨੂੰ ਅਸੀਂ ਇਸ ਨੂੰ ਹੋਰ ਵਧਾਵਾਂਗੇ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੋ ਇਸ ਵੇਲੇ ਇਹ ਪ੍ਰੋਗਰਾਮ ਦੇਖ ਰਹੇ ਨੇ ਚੜ੍ਹਦੀ ਕਲਾ ਟੀ ਵੀ ਦੇ ਉੱਤੇ। ਮੈਂ ਜਸਜੀਤ ਸਿੰਘ ਬਾਵਾ ਸੀਨੀਅਰ ਕੇਅਰ ਸੁਸਾਇਟੀ ਦਾ ਇੱਕ ਮੈਂਬਰ ਹਾਂ। ਅਸੀਂ ਹਰ ਸਾਲ ਇੱਕ ਬਜ਼ੁਰਗਾਂ ਦੀ ਪਿਕਨਿਕ ਅਰੇਂਜ ਕਰਦੇ ਹਾਂ। ਪਿਕਨਿਕ ਦਾ ਮਤਲਬ ਸਿਰਫ ਇੱਕ ਖਾਣਾ ਪੀਣਾ ਹੀ ਨਹੀਂ ਹੈ, ਇਹਦਾ ਮੰਤਵ ਹੈ ਕਿ ਵੀ ਅਸੀਂ ਇੱਕ ਇਸ ਦਿਨ ਸਾਰੇ ਕੁਛ ਜਿੰਨੇ ਵੀ ਪਰਿਵਾਰ ਨੇ, ਜਿਹੜੇ ਬਜ਼ੁਰਗ ਖਾਸ ਕਰਕੇ ਜਿਹੜੇ ਘਰਾਂ ਦੇ ਵਿੱਚੋਂ ਬਾਹਰ ਨਹੀਂ ਨਿਕਲ ਸਕਦੇ, ਬੱਚੇ ਹੈਗੇ ਆ ਜਾਂ ਬੱਚਿਆਂ ਤੋਂ ਬਗੈਰ ਵੀ ਨੇ ਜਿਨ੍ਹਾਂ ਦੇ ਕੋਲ ਕੋਈ ਮੰਤਵ ਨਹੀਂ ਹੁੰਦਾ ਬਾਹਰ ਨਿਕਲਣ ਦਾ, ਉਹਨਾਂ ਨੂੰ ਇੱਕ ਮੌਕਾ ਦਿੰਦੇ ਹਾਂ ਕਿ ਉਹ ਅੱਜ ਦੇ ਦਿਨ ਆ ਕੇ ਆਪਣੇ ਪਰਿਵਾਰ ਦੇ ਨਾਲ, ਹੋਰ ਪਰਿਵਾਰਾਂ ਦੇ ਨਾਲ ਰਲ ਕੇ ਇਸ ਦਿਨ ਨੂੰ ਇੰਜੋਏ ਕਰਨ। ਜਿਸ ਤਰ੍ਹਾਂ ਕਿ ਅੱਜ ਅਸੀਂ ਸਾਰਿਆਂ ਨੇ ਦੇਖਿਆ ਕਿ 11 ਵਜੇ ਤੋਂ ਲੈ ਕੇ ਹੁਣ 3-4 ਵੱਜ ਚੁੱਕੇ ਨੇ, ਇਸ ਵੇਲੇ ਤੱਕ ਸਾਰਿਆਂ ਨੇ ਬਹੁਤ ਰਲ ਮਿਲ ਕੇ ਅੱਜ ਬਹੁਤ ਵਧੀਆ ਦਿਨ ਗੁਜ਼ਾਰਿਆ, ਖਾਣਾ ਪੀਣਾ ਵੀ ਖਾਧਾ, ਸੈਰ ਵੀ ਕੀਤੀ ਹੈ, ਐਕਟੀਵਿਟੀਜ਼ ਕੀਤੀਆਂ ਨੇ, ਮਿਊਜ਼ੀਕਲ ਚੇਅਰ ਪ੍ਰੋਗਰਾਮ ਕੀਤਾ ਗਿਆ ਬਜ਼ੁਰਗਾਂ ਲਈ, ਲੇਡੀਜ਼ ਲਈ, ਜੈਂਟਸ ਲਈ, ਬੱਚਿਆਂ ਲਈ, ਇਹ ਸਾਰੇ ਪ੍ਰੋਗਰਾਮ ਅਸੀਂ ਅੱਜ ਉਲੀਕੇ ਸੀ ਔਰ ਸਾਰਿਆਂ ਨੇ ਮੇਰਾ ਖਿਆਲ ਬਹੁਤ ਹੀ ਆਨੰਦ ਮਾਣਿਆ ਅੱਜ ਦੇ ਦਿਨ ਦਾ। ਔਰ ਆਸ ਕਰਦੇ ਹਾਂ ਕਿ ਅੱਗੇ ਨੂੰ ਵੀ ਇਹ ਗੁਰੂ ਨਾਨਕ ਸੀਨੀਅਰ ਕੇਅਰ ਸੁਸਾਇਟੀ ਜਿਹੜੀ ਆ ਇਹ ਇਸੇ ਤਰ੍ਹਾਂ ਹੀ ਅੱਗੇ ਵੱਧਦੀ ਜਾਵੇ ਔਰ ਬਹੁਤ ਸਾਰੇ ਈਵੈਂਟਸ ਅਸੀਂ ਹੋਰ ਲੈ ਕੇ ਆਈਏ ਤਾਂ ਕਿ ਬਜ਼ੁਰਗਾਂ ਨੂੰ ਚੰਗੇ ਦਿਨ ਹੋਰ ਦੇਖਣ ਨੂੰ ਮਿਲ ਸਕਣ। ਸਾਰਿਆਂ ਦਾ ਧੰਨਵਾਦ। ਬ੍ਰੈਂਪਟਨ ਦੇ ਸਾਕਰ ਸੈਂਟਰ ਵਿੱਚ GTA ਨਾਰਥ ਵੈਸਟ ਕਮਿਊਨਿਟੀ ਹੈਲਥ ਸਰਵਿਸਿਜ਼ ਵੱਲੋਂ ਮਲਟੀ ਕਲਚਰਲ ਫੈਸਟੀਵਲ ਕਰਵਾਇਆ ਗਿਆ, ਜਿਸ ਵਿੱਚ ਵੱਖ ਵੱਖ ਤਰ੍ਹਾਂ ਦੇ ਸਾਜੋ ਸਮਾਨ ਦੀਆਂ ਪ੍ਰਦਰਸ਼ਨੀਆਂ ਲਗਾਈਆਂ ਗਈਆਂ। ਪੇਸ਼ ਹੈ ਖਾਸ ਰਿਪੋਰਟ।
ਕੈਨੇਡਾ ਇੱਕ ਮਲਟੀਕਲਚਰਲ ਦੇਸ਼ ਹੈ ਜਿੱਥੇ ਦੁਨੀਆ ਭਰ ਦੇ ਲੋਕ ਬੜੇ ਪਿਆਰ ਦੇ ਨਾਲ ਰਹਿੰਦੇ ਨੇ। ਅਜਿਹੇ ਵਿੱਚ ਜ਼ਰੂਰੀ ਹੁੰਦਾ ਹੈ ਕਿ ਇੱਕ ਦੂਸਰੇ ਦੇ ਸੱਭਿਆਚਾਰ ਨੂੰ ਜਾਣਨ ਅਤੇ ਭਾਈਚਾਰਕ ਸਾਂਝ ਵਧਾਉਣ ਦੇ ਲਈ ਸਾਂਝੇ ਤੌਰ 'ਤੇ ਸਮਾਗਮ ਉਲੀਕੇ ਜਾਣ। ਬ੍ਰੈਂਪਟਨ ਦੇ ਸਾਕਰ ਸੈਂਟਰ ਵਿੱਚ ਪਹਿਲੀ ਵਾਰ GTA ਨੌਰਥ ਵੈਸਟ ਕਮਿਊਨਿਟੀ ਹੈਲਥ ਸਰਵਿਸਿਜ਼ ਵੱਲੋਂ ਅਜਿਹਾ ਹੀ ਇੱਕ ਫੈਸਟੀਵਲ ਮਲਟੀਕਲਚਰਲ ਫੈਸਟ ਦੇ ਨਾਮ ਹੇਠ ਕਰਵਾਇਆ ਗਿਆ। ਇਸ ਫੈਸਟੀਵਲ ਵਿੱਚ ਵੱਖ ਵੱਖ ਦੇਸ਼ਾਂ ਦੇ ਕਲਾਕਾਰਾਂ ਨੇ ਆਪਣੇ ਆਪਣੇ ਸੱਭਿਆਚਾਰ ਦੀਆਂ ਕਲਾਕ੍ਰਿਤੀਆਂ ਪੇਸ਼ ਕੀਤੀਆਂ। ਗਹਿਣਿਆਂ, ਕੱਪੜਿਆਂ ਅਤੇ ਹੋਰ ਸਾਜੋ ਸਮਾਨ ਦੀਆਂ ਪ੍ਰਦਰਸ਼ਨੀਆਂ ਸਭ ਦੀ ਖਿੱਚ ਦਾ ਕੇਂਦਰ ਰਹੀਆਂ। ਸਾਰੇ ਦੇਸ਼ਾਂ ਦੇ ਵੱਖ ਵੱਖ ਕਲਚਰਾਂ ਨੂੰ ਇੱਕ ਪਲੇਟਫਾਰਮ 'ਤੇ ਇਕੱਠਿਆਂ ਕਰਨ ਦਾ ਇਹ ਬਹੁਤ ਵਧੀਆ ਉਪਰਾਲਾ ਸੀ। कल्चरल फेस्ट हो रहा है जो कि ऑर्गेनाइज किया गया है डिफरेंट कम्युनिटीज के लिए। फूड कोर्ट है एंड यू विल रियली लाइक इट। थैंक यू सो मच। आज का स्पेशल प्रोग्राम मल्टीकल्चरल फेस्टिवल से कराया ब्रैम्पटन के अंदर फर्स्ट टाइम ऑर्गेनाइज कराया। ये अपना GTA नॉर्थ वेस्ट कम्युनिटी हेल्थ सर्विसेज साडा नॉन प्रॉफिट है और अंदर मैं इवेंट चेयर हाँ इस प्रोग्राम वास्ते जी असं प्रोग्राम की अज शुरुआत करिए ब्रैम्पटन के अंदर। पिछले 8 साल तो मिसागा च हो रहा है। सो साडा परपज यही सीगा कि असी सारी कंट्रीज़ नू इको प्लेटफॉर्म से लेके आईए। सो ये अंदर 10 डिफरेंट कंट्रीज़ ने परफॉर्म कराया, चाइना, फिलीपींस, नेपाल, अपना पाकिस्तान, इंडिया और यूरोप। तो बहुत अच्छे फैशन शो होया, प्रोग्राम्स होए जेडे कि सारे ने इंजॉय करया। अपनी बहुत पूरी कम्युनिटी इतने इनवॉल्व हुई। अपने सारे MPs रूबी सहोता ने ओपनिंग करी सी, मेयर पैट्रिक ब्राउन आए ते सारा सिंह आए NDP तो। सो सारी पोलिटिकल पार्टीज़ ने भी सपोर्ट करया। सो चंगा लगता है जब इस तरह का आप प्रोग्राम करते हैं जिदे अंदर कि सारी कम्युनिटी और गवर्नमेंट भी सपोर्ट करती है। सो सानू बड़ा वधिया लग्या कि बहुत अच्छा रिस्पोंस मिले प्रोग्राम नू। डिफरेंट कंट्रीज़ का फूड, उन्हों का कल्चर, उन्हों की परफॉर्मेंस सानू देखने मिली। सो परपज़ साडा यही सीगा कि सारे एक प्लेटफॉर्म से लेके आईए भी कैनेडा एक मल्टीकल्चरल कंट्री है तो सारे अगर आप इकट्ठे रहेंगे एक दूसरे पर जानेंगे तो आप रल मिल के रहेंगे। हैप्पी टू बी पार्ट ऑफ मल्टीकल्चरल फेस्टिवल एंड आई हैव बीन ड्रेस्ड अप एज कॉस्ट्यूम एज कृष्णा बाय कोरल ब्यूटी स्टूडियो। आई एम हियर एज पार्ट ऑफ द कंपटीशन। आई एम एन इंडियन क्लासिकल डांसर। Yeah, it's a multicultural fest. Everybody is enjoying here. So, wish me best of luck. ਚੜ੍ਹਦੀ ਕਲਾ ਟਾਈਮ TV ਲਈ ਟੋਰਾਂਟੋ ਤੋਂ ਚਮਕੌਰ ਮਾਛੀਕੇ ਦੀ ਰਿਪੋਰਟ। ਸਿੱਖਾਂ ਨੇ ਆਪਣਾ ਸਿੱਕਾ ਪੂਰੀ ਦੁਨੀਆ ਵਿੱਚ ਮਨਾਇਆ ਹੋਇਆ ਹੈ। ਆਪਣੀ ਮਿਹਨਤ ਲਗਨ ਦੇ ਨਾਲ ਹਰ ਖੇਤਰ ਵਿੱਚ ਤਰੱਕੀਆਂ ਕਰ ਰਹੇ ਨੇ। ਸਿੱਖ ਜਦੋਂ ਵੀ ਕਿਸੇ ਬੁਲੰਦੀ ਤੇ ਪਹੁੰਚਦੇ ਨੇ ਤਾਂ ਆਪਣੇ ਗੁਰੂ ਜੀ ਦੁਆਰਾ ਦਿੱਤੇ ਸੰਦੇਸ਼ ਨੂੰ ਫੈਲਾਉਣ ਦਾ ਯਤਨ ਕਰਦੇ ਨੇ। ਅਜਿਹਾ ਹੀ ਕੁਝ ਵੇਖਣ ਨੂੰ ਮਿਲਿਆ ਸੇਨ ਹੋਜ਼ੇ, ਕੈਲੀਫੋਰਨੀਆ ਵਿਖੇ ਡੈਮੋਕ੍ਰੈਟਿਕ ਪਾਰਟੀ ਦੀ ਕਨਵੈਨਸ਼ਨ ਵਿੱਚ, ਜਦੋਂ ਸਰਦਾਰ ਕੁਲਦੀਪ ਸਿੰਘ ਹੁਣਾਂ ਨੇ ਸਿੱਖ ਭਾਈਚਾਰੇ ਨੂੰ ਰਿਪ੍ਰੈਜ਼ੈਂਟ ਕਰਦੇ ਹੋਏ ਅਰਦਾਸ ਦੇ ਭਾਵ ਅਰਥਾਂ ਨੂੰ ਆਪਣੀ ਸਪੀਚ ਵਿੱਚ ਬਿਆਨ ਕੀਤਾ। ਜੀ ਹਾਂ, ਕੁਲਦੀਪ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਦਰਸਾਏ ਸਿੱਖੀ ਸਿਧਾਂਤ, ਭਾਈਚਾਰਕ ਸਾਂਝ, ਪਿਆਰ, ਸੇਵਾ, ਆਪਸੀ ਮਾਨ ਸਨਮਾਨ, ਸ਼ਾਂਤੀ, ਮਾਨਵਤਾ ਅਤੇ ਅਧਿਆਤਮਵਾਦ ਨੂੰ ਦਰਸਾਉਣ ਦਾ ਸ਼ਲਾਘਾਯੋਗ ਉਪਰਾਲਾ ਕੀਤਾ।
currently serves as a curricular designer on a forthcoming Punjabi language program for the University of California system. Dr. Singh has an MA in Comparative Religious Studies and a PhD in Sikh Literature from Punjabi University in Patiala. He is currently residing and working with Sikh Gurdwara Sahib, San Jose, California. Our pleasure will be Dr. Crystal Jackson, the Bronx-born New York native, raised in Martinsville, Virginia, who now resides in Kings County, and who served her country in the United States Navy. She's also the recently elected president of her local NAACP chapter. Please welcome both of them. Gentlemen, good morning and a very warm welcome from myself, Dr. Kuldeep Singh, and from all of our Sikh community. Waheguru Ji Ka Khalsa, Waheguru Ji Ki Fateh. This Sikh greeting means we all belong to Almighty God, and so do all our victories and achievements. It's my great honor to represent the Sikh community, which has been in California for over 130 years. This year is very special to our community, as it is the year when Sikh throughout the whole world will celebrate Guru Nanak Dev Ji's 550th birth anniversary. 5 centuries ago, it was Guru Nanak who laid the foundation of the Sikh faith. Our Sikh community is built on the legacy of our faith, which instills in us the spirit of hard work, sharing, remembering God, praying, and contributing to the well-being of all, which also happens to be core American values as well. Today, I will share with you a prayer we do every day in our Gurdwaras, Sikh temples, throughout the world and at home as well. I will first recite the prayer in the original Punjabi language. Thereafter, I will share with you a simple explanation of each verse in English. Let's join our hearts and minds together in the prayer. Tum Thakur Tum Pair Das Jiyo Pind Sab Teri Ras तुम मात पिता हम बारक तेरे तुमरे कृपा मैं सुख कनेरे कोई न जाने तुमरा अंत ऊचे ते ऊचा भगवंत सगल समग्रे तुमरे सूत्र धारे तुम ते हो आज्ञा कारे तुमरे गत मित तुम्हे जाने नानक दास सदा कुर्बाने It means, O dear Lord, you are our master. To you I offer this humble prayer. This body and soul are all your belongings. You are our mother and father, and we all are your children. In your grace, we experience ultimate peace. No one knows your infinite vastness. O highest of the high, most generous God, the whole creation is sprung on your thread. That which has come from you is in your will. You alone know your existence and vastness. Nanak, your humble one is forever surrendering to you. May the divine within all who are present here today bless us to dwell in grace with each other as we serve the highest good of all citizens of this beautiful land. By the grace, we ask for blessing upon all the democratic leaders and society members to accomplish their task
successfully and peacefully. Let's all recognize our unity and each other's dignity and excellence. Let's work together for social justice for all our citizens so that everyone may enjoy a healthy, happy, holy life. May peace and prosperity expand goodwill among all of our neighbors, and may freedom, equality, and justice prevail. Nanak Naam, Chardi Kalam, Tere Paade Sarbat Da Pala. May everyone be blessed, and may good come to all. Waheguru Ji Ka Khalsa, Waheguru Ji Ki Fateh. God bless America. Thank you very much. ਅੱਜ ਦੀਆਂ ਨਾਰਥ ਅਮਰੀਕਾ ਨਿਊਜ਼ ਵਿੱਚ ਬਸ ਇੰਨਾ ਹੀ। ਹੁਣ ਤੁਸੀਂ ਮੈਨੂੰ ਮਨਦੀਪ ਕੌਰ ਖਾਲਸਾ ਨੂੰ ਦਿਓ ਆਗਿਆ। ਧੰਨਵਾਦ ਜੀ।